ਲੋ ਜੀ, ਮੇਹਰ ਦੀ ਅਡੋਪਸ਼ਨ ਦੇ ਸਾਰੇ ਪੇਪਰ ਸਬਮਿਟ ਹੋ ਗਏ ਨੇ ਤੇ 2-4 ਦਿਨਾਂ 'ਚ ਰਹਿੰਦੀ ਫਾਰਮੈਲਿਟੀਆਂ ਵੀ ਕਰ ਲਾਂਗੇ ਪੂਰੀਆਂ। ਬਸ ਫਿਰ ਕੀ ਹੈ, ਥੋੜੇ ਦਿਨਾਂ ਵਿੱਚ ਮੇਹਰ ਨੇ ਸਾਡੇ ਨਾਲ ਲੰਡਨ ਚਲੇ ਜਾਣਾ। ਫਿਰ ਉੱਥੇ ਜਾ ਕੇ ਮੈਂ ਆਪਣੀ ਮਹਿਰ ਨੂੰ ਆਪਣੇ ਹੱਥ ਨਾਲ ਰੋਟੀ ਖਵਾਵਾਂਗੀ, ਹੈ ਨਾ ਮੇਰੀ ਬੱਚੀ? ਤੂੰ ਖੁਸ਼ ਤਾਂ ਹੈ ਨਾ ਮਹਿਰ? ਹਾਂ ਮੈਂ ਖੁਸ਼ ਹਾਂ, ਪਰ ਥੋੜੀ ਜਿਹੀ ਦੁਖੀ ਵੀ, ਕਿਉਂਕਿ ਮੈਨੂੰ ਜਦ ਲੰਡਨ ਜਾਣਾ ਤਾਂ ਇਹਨਾਂ ਸਭ ਨੂੰ ਛੱਡ ਕੇ ਜਾਣਾ ਪਏਗਾ ਨਾ। ਬਾਊ ਜੀ ਨੂੰ ਛੱਡ ਕੇ ਜਾਣਾ ਮੇਰੇ ਵਾਸਤੇ ਸੌਖਾ ਨਹੀਂ ਹੈ, ਪਰ ਬਾਊ ਜੀ ਨੇ ਮੇਰੇ ਵਾਸਤੇ ਬੜੀਆਂ ਤਕਲੀਫਾਂ ਚੁੱਕੀਆਂ ਨੇ, ਤੇ ਹੁਣ ਮੈਨੂੰ ਉਹਨਾਂ ਦਾ ਬੋਝ ਘੱਟ ਕਰਨ ਵਾਸਤੇ ਇੱਥੋਂ ਜਾਣਾ ਹੀ ਪੈਣਾ। ਮੈਂ ਬਾਹਰ ਜਾ ਸਕਦੀ ਹਾਂ ਨਾ? ਹਾਂ ਹਾਂ ਬਿਲਕੁਲ। ਹੈ ਨੀ ਬੇਟੀ, ਇਹ ਤਾਂ ਲੰਡਨ ਦੀ ਟਿਕਟ ਕਰਵਾਉਣ ਦੀ ਸੋਚ ਰਹੇ ਨੇ। ਮੈਨੂੰ ਤਾਂ ਆਪ ਨੀ ਸਮਝ ਲੱਗ ਰਹੀ ਕਿ ਲੱਡੂ ਵੀ ਰਹਿਣ ਰੋਕੂ ਕਿਵੇਂ। ਕਿੱਥੇ ਰਹਿ ਗਈ ਏ, ਤੇ ਆਈ ਵੀ ਨੀ, ਕਿੱਥੇ ਰਹਿ ਗਈ? ਉਧਰ ਹੋਣੀ ਏ, ਦੇਖ ਕੇ ਆਉਂਦਾ। ਤੁਹਾਡੇ ਵਰਗੇ ਭੋਲੇ ਬੰਦੇ ਨੀ ਵੇਖੇ ਕਿਤੇ, ਮੈਂ ਪਾਸਪੋਰਟ ਨੂੰ ਭਲਾ ਖੁੱਲੇ ਚ ਕੌਣ ਰੱਖਦਾ? ਹਾਂ ਹੁਣ ਗੁੰਮ ਗਿਆ ਨਾ, ਭੁਗਤੋ ਤੁਸੀਂ, ਤੁਹਾਡੀ ਆਪਦੀ ਗਲਤੀ ਹੈ ਨਾ। ਕਿਉਂ ਵੀ ਲੱਡੂ ਸਿਆਂ, ਜੇ ਪਾਸਪੋਰਟ ਦਾ ਕੁਛ ਕਰ ਦਿੱਤਾ ਜਾਵੇ ਫਿਰ ਲੰਡਨ ਤਾਂ ਨੀ ਜਾ ਸਕਦੇ। ਚੱਲ ਫਿਰ ਕਰੀਏ ਦਾ ਸਵਾਹਾ। ਟਿੱਡਾ ਜਾਂ ਤਾਂ ਕੁਛ ਜ਼ਿਆਦਾ ਹੀ ਤੇਜ਼ ਹੈ, ਜੇ ਖੁੱਲਾ ਰਿਹਾ ਨਾ ਮੈਨੂੰ ਲੱਗਦਾ ਮੇਰਾ ਰਾਜ ਬਾਹਰ ਆ ਜਾਊਗਾ। ਇਹਦੀ ਬੋਲਤੀ ਬੰਦ ਕਰਨੀ ਪੈਣੀ ਹੈ। ਐਸੀ ਹਰਕਤ ਤਾਂ ਕੋਈ ਬੁਰਾ ਇਨਸਾਨ ਨਹੀਂ ਕਰ ਸਕਦਾ, ਪਰ ਕੌਣ, ਉਹਨੂੰ ਮੈਂ ਫੜ ਕੇ ਰਵਾਂਗਾ। ਕੀ ਕਰਾਂ ਕੀ ਕਰਾਂ ਕੀ ਕਰਾਂ, ਇਸ ਟਿੱਡੇ ਜਿਹਾ ਕੀ ਕਰਾਂ। ਵਾਹ, ਉਹ ਮੈਂ ਤੈਨੂੰ ਕਿਵੇਂ ਭੁੱਲ ਗਿਆ। ਬੇਸੁਰਤ ਕਰਨ ਵਾਲੀ ਬੇਹੋਸ਼ੀ ਦੀ ਦਵਾਈ, ਉਹ ਐਸੇ ਹੀ ਕੰਮਾਂ ਵਾਸਤੇ ਤੈਨੂੰ ਮੈਂ ਸਾਂਭ ਕੇ ਰੱਖਦਾ ਆਪਣੇ ਕੋਲ। ਚੱਲ ਫਿਰ ਦਿਖਾ ਦੇ ਆਪਣਾ ਕਮਾਲ।
ਬੇਟੀ ਆਹ ਕਿੱਥੋਂ ਆ ਗਈ ਹੁਣ? ਤੇਰੀ ਕਿਤੇ ਪਾਸਪੋਰਟ ਨਾ ਵੇਖ ਲਵੇ, ਇਹਨਾਂ ਨੂੰ ਕਿਤੇ ਨਾ ਬਾਹਰ ਲਗੋ ਕੇ ਨਾ। ਦੀਪੂ ਕੀ ਹੋਇਆ ਮੇਰੇ ਪੁੱਤਰ? ਮੈਂ ਦੀਪੂ ਨੂੰ ਲੱਭ ਰਿਹਾ, ਤੁਹਾਨੂੰ ਨੀ। ਦੀਪੂ? ਦੀਪੂ ਤਾਂ ਇੱਥੇ ਆਇਆ ਨੀ। ਦੀਪੂ ਇੱਥੇ ਹੀ ਹੋਣਾ ਕਿਉਂਕਿ ਅਸੀਂ ਦੋਵੇਂ ਤਾਂ ਇੱਥੇ ਖੇਡਦੇ ਆ ਨਾ। ਮੈਂ ਵੇਖਦੀ ਆ। ਉਹ ਮੇਰੇ ਪੁੱਤਰ, ਉਹ ਸੱਚ, ਉਹ ਦੀਪੂ ਇੱਥੇ ਆਇਆ ਸੀ ਪੁੱਤਰ, ਤੇ ਤੇਰੇ ਬਾਰੇ ਪੁੱਛੀ ਜਾਂਦਾ ਸੀਗਾ। ਮੈਨੂੰ ਲੱਗਦਾ ਉਹ ਨਾ ਉਹ ਤੈਨੂੰ ਨਾ ਲੱਭਣ ਉੱਧਰ ਗਰਾਊਂਡ 'ਚ ਗਿਆ। ਜਾ ਪੁੱਤ ਖੇਡੋ ਉਹਦੇ ਨਾਲ। ਸ਼ੁਕਰ ਹੈ ਵੀ ਗਈ। ਜਦ ਤੱਕ ਸਾਰਾ ਕੁਛ ਠੀਕ ਨਹੀਂ ਹੋ ਜਾਂਦਾ ਨਾ, ਇਹਨੂੰ ਦੀਪੂ ਜੀ ਨੂੰ ਕਿਤੇ ਟਿਕਾਣੇ ਲਾਉਣਾ ਪੈਣਾ। ਪੁੱਤਰ ਕਿੱਥੋਂ ਦੌੜਾਂ ਲਾ ਕੇ ਆ ਰਹੀ ਹੈ ਤੂੰ? ਇਹ ਸਾਰੇ ਲੱਡੂ ਮਾਮਾ ਜੀ ਦੀ ਗਲਤੀ ਹੈ। ਉਹਨਾਂ ਨੇ ਮੈਨੂੰ ਕਿਹਾ ਕਿ ਦੀਪੂ ਗਰਾਊਂਡ ਵੱਲ ਗਿਆ, ਤੇ ਮੈਂ ਉਹਨਾਂ ਦੀ ਗੱਲ ਮੰਨ ਕੇ ਗਰਾਊਂਡ ਵੱਲ ਚਲੇਗੀ, ਤੋ ਮੈਨੂੰ ਵਿਖਿਆ ਹੀ ਨਹੀਂ। ਤੈਨੂੰ ਕਿਹਾ ਸੀ ਨਾ ਉਸ ਡੰਗਰ ਦੀ ਨਾ ਸੁਣਿਆ ਕਰ, ਉਹ ਕੁੱਤੇ ਦੀ ਪੁੱਛ ਹੈ, ਕਦੀ ਸਿੱਧੀ ਨਹੀਂ ਹੋਏਗੀ। ਮਿਹਰਪਤ, ਮੈਂ ਤੁਹਾਡੇ ਲਈ ਕੁਝ ਖਾਸ ਲੈ ਕੇ ਆਇਆ। ਉਹ ਕੀ ਹੈ ਅੰਕਲ ਜੀ? ਆ ਜਾ, ਮੈਂ ਤੈਨੂੰ ਵੀ ਖਵਾਉਂਦੀ ਆ। ਜਾ। ਲੱਡੂ ਜਗਾੜੀ, ਤੇਰੀ ਆੜੀ ਦਾ ਹੀ ਤਾਂ ਪੁਰਾਣਾ ਸਟੋਰ ਆ, ਨਾਲੇ ਉਹ ਕਿਹੜਾ ਮਹੀਨਾ ਮਹੀਨਾ ਗੇੜਾ ਮਾਰਦਾ। ਬੜਾ ਸ਼ੌਂਕ ਸੀ ਤੁਹਾਨੂੰ ਜਸੂਸੀ ਕਰਨ, ਨਾਲੇ ਤੁਸੀਂ ਤਾਂ ਉਹ ਪਾਸਪੋਰਟ ਫੜਨ ਵਾਲੇ ਨੂੰ ਫੜਨਾ ਸੀ। ਫੜੋ, ਲੋ 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 ਫੜੋ, ਪਰ ਅੰਦਰ ਬਹਿ ਕੇ ਫੜੋ, ਬਾਹਰ ਨਿਕਲਣ ਦੀ ਗੁਸਤਾਖੀ ਨਾ ਕਰਨਾ। ਜੇ ਬਾਹਰ ਨਿਕਲਣ ਦੀ ਗੁਸਤਾਖੀ ਕੀਤੀ ਨਾ, ਮੈਨੂੰ ਇਤੋਂ ਵੀ ਵੱਡੀ ਗੁਸਤਾਖੀ ਕਰਨੀ ਪੈ ਜਾਣੀ ਹੈ। ਲੋ ਜੀ, ਆ ਵੇਖੋ ਸਾਡੀ ਮੈਰ ਨੂੰ। ਵਾਹ ਵਾਹ, ਮੇਹਰ ਤਾਂ ਲੰਡਨ ਜਾਣ ਤੋਂ ਪਹਿਲਾਂ ਹੀ ਮੇਮ ਬਣ ਗਈ। ਰਜੀ ਤੇ ਰਾਣੋ ਜੀ, ਤੁਹਾਡੇ ਲਈ। ਹਾਂ ਹਾਂ, ਤੁਹਾਡੇ ਲਈ। ਜਾਓ, ਛੇਤੀ ਛੇਤੀ ਪਾ ਕੇ ਵਿਖਾਏ ਸਭ ਨੂੰ। ਨੀ ਬੇਟੀ, ਸਾਡੀਆਂ ਕੁੜੀਆਂ ਕਿਹੜਾ ਘੱਟ ਲੱਗ ਰਹੀਆਂ ਕਿਸੇ ਨਾਲੋਂ? ਹਾਂ ਕਿਟੀ, ਸਗੋਂ ਸਾਡੀ ਰੱਜੀ ਰਾਣੋ ਤਾਂ ਵੱਧ ਹੀ ਸੋਹਣੀਆਂ ਲੱਗ ਰਹੀਆਂ ਨੇ। ਤਿੰਨੋ ਜਮਾਂ ਸਗੀਆਂ ਪੈਣਾ ਲੱਗ ਰਹੀਆਂ ਨੇ। ਤਿੰਨੋ ਨੀ, ਦੋਨੋ, ਆ ਤੀਸਰੀ ਤਾਂ ਸਾਡੀ ਕੁੜੀ ਨਾਲ ਜੱਚਦੀ ਨੀ। ਹਾਂ ਹਾਂ ਕਿਟੀ, ਜੇ ਮੇਮ ਬਣਨਾ ਵੀ ਹੋਏਗਾ ਨਾ ਕਿਸੇ ਨੇ, ਤਾਂ ਸਾਡੀ ਕੁੜੀਆਂ ਹੀ ਬਣਨਗੀਆਂ। ਮੇਹਰ ਮੇਹਰ ਤਾਂ ਕਦੀ ਵੀ ਨਹੀਂ। ਤੂੰ ਸਭ ਠੀਕ ਕਰ ਦਿੱਤਾ ਮਾਤਾ ਰਾਣੀ, ਮੇਰੀ ਮੇਹਰ ਨੇ ਹੁਣ ਬਾਹਰ ਚਲੇ ਜਾਣਾ ਹੈ। ਜੋ ਮੈਂ ਉਹਨੂੰ ਨਹੀਂ ਦੇ ਸਕਿਆ ਉੱਥੇ ਉਹਨੂੰ ਸਭ ਮਿਲ ਜਾਣਾ ਹੈ।
ਸਭ ਤੋਂ ਵੱਡੀ ਗੱਲ ਉਹਨੂੰ ਉਹਦੀ ਬਾਂਹ ਮਿਲ ਜਾਣੀ ਹੈ, ਉਹਦਾ ਪਿਆਰ ਮਿਲ ਜਾਣਾ ਹੈ। ਇਹ ਸਭ ਕੁਛ ਤੇਰੇ ਕਰਕੇ ਹੋਇਆ ਮਾਤਾ ਰਾਣੀ, ਤੂੰ ਉਹਦੇ 'ਤੇ ਮਿਹਰ ਬਣਾਈ ਰੱਖੀ ਮਾਤਾ ਰਾਣੀ। ਚਾਹੇ ਉਹ ਮੇਰੇ ਤੋਂ ਦੂਰ ਰਹੇ ਪਰ ਉਹਨੂੰ ਹਮੇਸ਼ਾ ਖੁਸ਼ ਰੱਖੀ ਮਾਤਾ ਰਾਣੀ। ਸੁਰਿੰਦਰ ਜੀ, ਦੀਪੂ ਕਿਵੇਂ ਤੁਹਾਡੇ ਘਰ 'ਤੇ ਨਹੀਂ? ਨਹੀਂ ਪੰਡਿਤ ਜੀ, ਉਹ ਤਾਂ ਸਾਡੇ ਘਰੇ ਨਹੀਂ ਆਇਆ, ਮੈਂ ਤਾਂ ਸਿੱਧਾ ਘਰੋਂ ਹੀ ਆਇਆ। ਮਿਹਰ ਉਹਨੂੰ ਲੱਭ ਵੀ ਰਹੀ ਸੀ। ਮੈਂ ਵੀ ਕਦੋਂ ਦਾ ਲੱਭ ਰਿਹਾ ਪਰ ਉਹ ਕਿਧਰੇ ਮਿਲ ਹੀ ਨਹੀਂ ਰਿਹਾ। ਤੁਸੀਂ ਫਿਕਰ ਕਿਉਂ ਕਰ ਰਹੇ ਹੋ ਪੰਡਿਤ ਜੀ, ਬੱਚੇ ਕਿਧਰੇ ਇੱਕ ਥਾਂ 'ਤੇ ਥੋੜ੍ਹੇ ਨਾ ਟਿਕਦੇ ਨੇ। ਇਹ ਤਾਂ ਗੱਲ ਤੁਹਾਡੀ ਠੀਕ ਹੈ ਪਰ ਉਹ ਇੰਨੀ ਦੇਰ ਤੱਕ ਕਿਧਰੇ ਇੱਧਰ ਉੱਧਰ ਜਾਣ ਵਾਲਾ ਹੈ ਹੀ ਨਹੀਂ। ਸਾਰੇ ਪਾਸੇ ਲੱਭ ਲਿਆ ਪਰ ਉਹ ਕਿਧਰੇ ਮਿਲੇ ਹੀ ਨਹੀਂ। ਜੇ ਸੱਚ ਪੁੱਛੇ ਨਾ, ਅੱਜ ਮੈਂ ਉਸਦੇ ਪਾਪਾ ਕੋਲੋਂ ਉਸਦੀ ਜ਼ਬਰਦਸਤੀ ਕਸਟਡੀ ਲਈ ਹੈ, ਇਸ ਲਈ ਮੈਨੂੰ ਡਰ ਲੱਗ ਰਿਹਾ ਕਿਧਰੇ ਉਹੀ ਨੇ ਉਹਨੂੰ ਚੁੱਕ ਕੇ ਲੈ ਗਿਆ ਹੋਵੇ। ਜੇ ਇਹ ਗੱਲ ਹੈ ਤਾਂ ਮੈਂ ਇੱਕ ਕੰਮ ਕਰਦਾ, ਮੈਂ ਘਰ ਜਾ ਕੇ ਤੇਜ਼ੀ ਅਤੇ ਜੱਸੀ ਨੂੰ ਭੇਜ ਦੇਣਾ ਲੱਭਣ ਵਾਸਤੇ, ਤਾਂ ਮੈਂ ਵੱਡੀ ਸੜਕ 'ਤੇ ਆਪ ਹੀ ਦੇਖ ਲੈਂਦਾ, ਤੁਸੀਂ ਆਸੇ ਪਾਸੇ ਪਤਾ ਕਰ ਲਓ। ਹਾਂ ਹਾਂ ਸੁਰਿੰਦਰ ਜੀ, ਕੱਲ੍ਹ ਮੇਹਰ ਦੀ ਅਡੋਪਸ਼ਨ ਲਈ ਓਰੀਜਨਲ ਪਾਸਪੋਰਟ ਅਤੇ ਬਾਕੀ ਦੇ ਓਰੀਜਨਲ ਡਾਕੂਮੈਂਟ ਸਬਮਿਟ ਕਰਨੇ ਨੇ। ਹੋਪਫੁਲੀ ਸਾਡਾ ਕੰਮ ਛੇਤੀ ਹੋ ਜਾਏਗਾ। ਮਤਲਬ ਮੈਂ ਛੇਤੀ ਹੀ ਲੀਗਲੀ ਸਾਡੀ ਬੇਟੀ ਬਣ ਜਾਊਗੀ? ਬਸ ਇੱਕ ਵਾਰ ਇਹ ਸਬਮਿਟ ਹੋ ਜਾਏ ਫਿਰ ਮੈਂ ਬਾਕੀ ਦੇ ਉਹਦੇ ਡਾਕੂਮੈਂਟਸ ਵੀ ਬਣਵਾ ਲਵਾਂਗਾ। ਉਹ ਹਾਂ ਸੱਚ, ਉਹ ਤੂੰ ਆਪਣੇ ਪਾਸਪੋਰਟ ਕਿੱਥੇ ਰੱਖੇ ਨੇ? ਉਹ ਤਾਂ ਤੁਹਾਡੇ ਕੋਲ ਸੀਗੇ ਨਾ। ਉਹ ਮੇਰੇ ਕੋਲ ਹੁੰਦੇ ਤਾਂ ਮੈਨੂੰ ਮਿਲਦੇ ਨਾ, ਤੂੰ ਹੀ ਰੱਖੇ ਹੋਣੇ ਕਿੱਥੇ? ਕਮਾਲ ਕਰਦੇ ਹੋ ਤੁਸੀਂ, ਜਦੋਂ ਮੇਰੇ ਕੋਲ ਹੈ ਹੀ ਨਹੀਂ ਤਾਂ ਮੈਂ ਕਿਵੇਂ ਰੱਖ ਸਕਦੀ ਹਾਂ? ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੇਰੇ ਕੋਲ ਕੋਈ ਪਾਸਪੋਰਟ ਨਹੀਂ ਹੈਗੇ। ਉਹ ਯਾਰ ਹੱਦ ਹੋ ਗਈ, ਉਹ ਮੈਂ ਕੋਈ ਛੋਟਾ ਜਵਾਕ ਥੋੜਾ ਨਾ ਜਿਹੜੇ ਇੰਨੇ ਇੰਪੋਰਟੈਂਟ ਡਾਕੂਮੈਂਟਸ ਕਿੱਥੇ ਵੀ ਰੱਖ ਕੇ ਭੁੱਲ ਜੂੰਗਾ। ਤੂੰ ਹੀ ਰੱਖੇ ਹੋਣੇ ਕਿਤੇ, ਜਾ ਜਾ ਕੇ ਲੱਭ। ਅੱਛਾ ਮੈਂ ਵੇਖਦੀ। ਮਿਲੇ ਪਾਸਪੋਰਟ? ਡੈਨੀ, ਮੈਂ ਸਾਰਾ ਸੂਟਕੇਸ ਚੈੱਕ ਕਰਤਾ, ਇਵਨ ਮੈਂ ਸਾਰੇ ਕੱਪੜੇ ਵੀ ਚੈੱਕ ਕਰਤੇ, ਮੈਨੂੰ ਕਿੱਧਰ ਵੀ ਨਹੀਂ ਮਿਲ ਰਿਹਾ ਪਾਸਪੋਰਟ। ਜੇ ਮੈਂ ਰੱਖਿਆ ਹੁੰਦਾ ਤਾਂ ਮੈਨੂੰ ਮਿਲ ਜਾਂਦਾ ਨਾ। ਜੇ ਮੈਂ ਵੀ ਰੱਖੇ ਹੁੰਦੇ ਤਾਂ ਇੱਥੇ ਕਿੱਥੇ ਰੱਖੇ ਹੋਣੇ ਸੀ ਯਾਰ, ਚੰਗੀ ਤਰ੍ਹਾਂ ਵੇਖ। ਡੈਨੀ, ਹੋਰ ਕਿੱਥੇ ਵੇਖਾਂ ਮੈਂ? ਇੱਥੇ ਕਿੱਥੇ ਰੱਖਦੇ ਹੋਣੇ, ਇੰਨੇ ਲਾਪਰਵਾਹ ਵੀ ਨਹੀਂ ਹੋ ਸਕਦੇ ਯਾਰ ਅਸੀਂ। ਡੈਨੀ, ਜੇ ਸਾਡੇ ਪਾਸਪੋਰਟ ਨਾ ਮਿਲੇ ਤਾਂ? ਇੱਦਾਂ ਨਾ ਬੋਲ ਡੋਲੀ, ਮੈਂ ਛੇਤੀ ਤੋਂ ਛੇਤੀ ਮੇਹਰ ਨੂੰ ਆਪਣੇ ਨਾਲ ਲੰਡਨ ਲੈ ਕੇ ਜਾਣਾ ਚਾਹੁੰਦਾ। ਜੇ ਨਾ ਮਿਲੇ ਨਾ ਫਿਰ ਸਾਰਾ ਅਡੋਪਸ਼ਨ ਦਾ ਪ੍ਰੋਸੈਸ ਲੇਟ ਹੋ ਜਾਣਾ। ਇਹ ਤੁਸੀਂ ਕੀ ਕਹਿ ਰਹੇ ਹੋ ਮਿਸਿਸ ਸਿੰਘ? ਦੀਪੂ ਗੁੰਮ ਹੋ ਗਿਆ? ਪਰ ਕਿਵੇਂ, ਕੀ ਹੋਇਆ? ਜੀ ਜੀ, ਮੈਂ ਸਮਝ ਸਕਦੀ ਹਾਂ। ਮੈਂ ਕਰਨ ਜੀ ਨੂੰ ਕਹਿ ਦਿਆਂਗੀ, ਉਹ ਦੀਪੂ ਦੇ ਪਾਪਾ 'ਤੇ ਨਜ਼ਰ ਰੱਖਣਗੇ। ਜੇ ਤੁਹਾਨੂੰ ਕੁਝ ਵੀ ਪਤਾ ਲੱਗੇ ਤਾਂ ਪਲੀਜ਼ ਮੈਨੂੰ ਕਾਲ ਕਰ ਦੇਣਾ ਜੀ। ਕੁਝ ਨਹੀਂ ਹੋਏਗਾ ਦੀਪੂ ਨੂੰ, ਉਹ ਇੱਥੇ ਹੀ ਹੋਣਾ। ਪਰ ਜੇ ਇੱਥੇ ਤਾਂ ਮਿਲ ਕਿਉਂ ਨਹੀਂ ਰਿਹਾ? ਪੁਜਾਰੀ ਜੀ ਨੂੰ ਕਾਲ ਕਰਦੀ ਹਾਂ। ਦੇਖੀ ਪੁੱਤ ਕਿਹਦਾ ਫੋਨ ਹੈ? ਕਿਸੇ ਪਾਵਨੀ ਮੈਡਮ ਦਾ। ਗੱਲ ਕਰ ਲੈ ਪੁੱਤ, ਇਹ ਦੀਪੂ ਦੀ ਮੈਡਮ ਹੈ। ਹੈਲੋ ਮੈਡਮ ਜੀ। ਬੇਟਾ, ਪੁਜਾਰੀ ਜੀ ਕਿੱਥੇ ਨੇ? ਮੇਰੀ ਉਹਨਾਂ ਨਾਲ ਗੱਲ ਕਰਵਾਓ। ਪੰਡਿਤ ਜੀ ਤਾਂ ਦੀਵੇ ਬਾਲ ਰਹੇ ਨੇ, ਉਹਨਾਂ ਦੇ ਹੱਥਾਂ ਤੇ ਤਿਲ ਲੱਗੇ ਹੋਏ ਆ। ਤੁਸੀਂ ਮੈਨੂੰ ਦੱਸ ਦਿਓ ਕੀ ਪੁੱਛਣਾ। ਮੈਂ ਉਹਨਾਂ ਨੂੰ ਦੀਪੂ ਬਾਰੇ ਪੁੱਛਣਾ ਹੈ ਬੇਟਾ, ਉਹ ਮਿਲਿਆ ਕਿ ਨਹੀਂ ਹਜੇ? ਨਹੀਂ ਮਿਲਿਆ ਮੈਡਮ ਜੀ, ਹਰ ਪਾਸੇ ਲੱਭ ਲਿਆ ਪਰ ਉਹਦਾ ਕੁਛ ਵੀ ਨਹੀਂ ਪਤਾ ਚੱਲ ਰਿਹਾ। ਪੰਡਿਤ ਜੀ ਵੀ ਬੜੇ ਪਰੇਸ਼ਾਨ ਨੇ, ਪਤਾ ਨਹੀਂ ਉਹ ਕਿੱਥੇ ਚਲੇ ਗਿਆ। ਜੇ ਤੁਹਾਨੂੰ ਮਿਲਿਆ ਤਾਂ ਦੱਸ ਦੇਣਾ। ਹਾਂ ਹਾਂ ਬੇਟਾ, ਮੈਂ ਪੱਕਾ ਦੱਸਾਂਗੀ।
ਜੇ ਤੁਹਾਨੂੰ ਵੀ ਕੁਝ ਪਤਾ ਲੱਗੇ ਤਾਂ ਪਲੀਜ਼ ਮੈਨੂੰ ਦੱਸ ਦੇਣਾ। ਹਾਂਜੀ ਮੈਡਮ ਜੀ। ਕਿੰਨੀ ਪਿਆਰੀ ਬੱਚੀ ਹੈ, ਇਹਦੀ ਤਾਂ ਆਵਾਜ਼ ਸੁਣ ਕੇ ਹੀ ਸਕੂਨ ਜਿਹਾ ਮਿਲਦਾ ਹੈ। ਹੈਲੋ ਡੈਨੀ, ਦੱਸੋ ਜੀ। ਓ ਨੋ, ਇਹ ਤਾਂ ਬੜਾ ਬੁਰਾ ਹੋਇਆ ਡੈਨੀ, ਪਾਸਪੋਰਟ ਤੋਂ ਬਿਨਾਂ ਤੁਹਾਨੂੰ ਮੈਰਿਜ ਦੀ ਅਡੋਪਸ਼ਨ ਵੀ ਨਹੀਂ ਮਿਲਣੀ। ਨਹੀਂ ਸੁਰਿੰਦਰ ਜੀ, ਤੁਸੀਂ ਇੰਜ ਨਾ ਆਖੋ। ਦੇਖੋ, ਤੁਸੀਂ ਸਾਰੇ ਪਿੰਡ ਵਾਲਿਆਂ ਨੂੰ ਜਾਣਦੇ, ਸਾਰਾ ਪਿੰਡ ਤੁਹਾਨੂੰ ਜਾਣਦਾ, ਜੇ ਤੁਸੀਂ ਨਹੀਂ ਲੱਭ ਸਕੇ ਤਾਂ ਮੈਂ ਕਿੱਥੋਂ ਲੱਭ ਲਵਾਂਗਾ। ਨਹੀਂ ਨਹੀਂ ਸੁਰਿੰਦਰ ਜੀ, ਥੋੜ੍ਹੀ ਜਿਹੀ ਕੋਸ਼ਿਸ਼ ਕਰੋ, ਮੈਨੂੰ ਮੇਰਾ ਦੀਪੂ ਲੱਭ ਜਾਏ ਬਸ। ਮਿਹਰ ਕਰ ਮਾਤਾ ਰਾਣੀ, ਦੀਪੂ ਜਿੱਥੇ ਵੀ ਹੋਵੇ ਸਹੀ ਸਲਾਮਤ ਹੋਵੇ। ਤੇਰੇ ਆਸਰੇ ਮਾਤਾ ਰਾਣੀ, ਆਸਰੇ ਮਾਤਾ ਰਾਣੀ, ਤੇਰੇ ਆਸਰੇ। ਚੰਗਾ ਦੋਸਤ ਸੀ ਮਾਤਾ ਰਾਣੀ, ਜੇ ਉਹ ਕਿਸੇ ਮੁਸ਼ਕਿਲ ਵਿੱਚ ਹੈ ਤਾਂ ਤੁਸੀਂ ਉਹਦਾ ਸਾਥ ਦਿਓ। ਮੇਰੇ ਦੀਪੂ ਦੋਸਤ ਤੋਂ ਕੁਛ ਨਾ ਹੋਵੇ, ਉਹ ਠੀਕ ਹੋਵੇ ਮਾਤਾ ਰਾਣੀ। ਮੇਰੇ ਦੋਸਤ ਤੇ ਕਿਰਪਾ ਕਰੋ ਮਾਤਾ ਰਾਣੀ। ਮੈਂ ਤਾਂ ਮੇਹਰ ਨੂੰ ਲੱਭਦਾ ਹੋਇਆ ਖੇਡਣ ਵਾਲੀ ਥਾਂ ਤੇ ਗਿਆ ਸੀ, ਪਰ ਉੱਥੇ ਤਾਂ ਮੈਨੂੰ ਅੰਕਲ ਆਂਟੀ ਦੇ ਫਟੇ ਹੋਏ ਪਾਸਪੋਰਟ ਮਿਲੇ। ਮਤਲਬ ਜਿੰਨੇ ਪਾਸਪੋਰਟ ਫਾੜੇ ਨੇ ਉਹਨੇ ਮੈਨੂੰ ਇੱਥੇ ਬੰਦ ਕੀਤਾ। ਕੋਈ ਨੀ, ਇੱਕ ਵਾਰੀ ਮੈਨੂੰ ਇੱਥੋਂ ਨਿਕਲਣ ਦਿਓ, ਫਿਰ ਉਹਨੂੰ ਮੈਂ ਦੱਸਾਂਗਾ। ਰੋਟੀ, ਮੈਨੂੰ ਤਾਂ ਭੁੱਖ ਵੀ ਬਹੁਤ ਲੱਗੀ ਹੈ, ਪਹਿਲਾਂ ਮੈਂ ਕੁਛ ਖਾ ਲੈਂਦਾ, ਫਿਰ ਮੈਂ ਦੇਖਦਾ ਕਿਵੇਂ ਬਾਹਰ ਨਿਕਲਣਾ। ਪਰ ਕਿਵੇਂ ਖਾਵਾਂ, ਮੇਰੇ ਹੱਥ ਤਾਂ ਬੰਨੇ ਹੋਏ ਨੇ। ਤੁਸੀਂ ਤਾਂ ਸਭ ਦੀ ਚਿੰਤਾ ਹੱਲ ਲੈਂਦੇ ਹੋ ਨਾ, ਫਿਰ ਮੇਰੀ ਤੇ ਪੰਡਿਤ ਜੀ ਦੀ ਵੀ ਚਿੰਤਾ ਹੱਲ ਲਓ। ਦੀਪੂ ਨੂੰ ਲੱਭ ਲਓ ਨਾ, ਸਾਨੂੰ ਸਭ ਨੂੰ ਉਹਦੀ ਬੜੀ ਫਿਕਰ ਹੈ। ਮਾਤਾ ਰਾਣੀ, ਜਦ ਤੱਕ ਮੇਰਾ ਦੀਪੂ ਦੋਸਤ ਨਹੀਂ ਮਿਲ ਜਾਂਦਾ, ਉਦੋਂ ਤੱਕ ਮੈਂ ਪਾਣੀ ਨਹੀਂ ਪੀਵਾਂਗੀ। ਮੇਰੇ ਦੀਪੂ ਦੋਸਤ ਨੂੰ ਲੱਭ ਲਓ ਨਾ ਮਾਤਾ ਰਾਣੀ, ਉਹਨੂੰ ਛੇਤੀ ਤੋਂ ਛੇਤੀ ਮੇਰੇ ਕੋਲ ਭੇਜ ਦਿਓ। Thank you.
ਨਾ ਜੀ ਨਾ, ਸਾਡੇ ਹੁੰਦੇ ਘਰ ਦੀ ਕੋਈ ਚੀਜ਼ ਇੱਧਰ ਤੋਂ ਉੱਧਰ ਨਹੀਂ ਹੋ ਸਕਦੀ। ਕਿਉਂ ਬਿੱਟੀ? ਹਾਂ ਕਿੱਟੀ, ਨਾਲੇ ਅਸੀਂ ਕੀ ਕਰਨੇ ਜੇ ਤੁਹਾਡੇ ਪਾਸਪੋਰਟ ਹੈ, ਸਾਡੇ ਕਿਸ ਕੰਮ ਦੇ? ਕਿਉਂ ਕਿੱਟੀ? ਆਹੋ ਬਿੱਟੀ, ਪਰ ਜੇ ਫੇਰ ਵੀ ਤੁਹਾਡੇ ਦਿਲ ਚ ਕੋਈ ਗੱਲ ਹੈ ਨਾ, ਤੁਸੀਂ ਚਾਹੇ ਸਾਡਾ ਸਾਰਾ ਘਰ ਦੇਖ ਲਓ। ਹਾਂਜੀ ਹਾਂ, ਚਲੋ ਮੈਂ ਦਿਖਾਉਣੀ ਹਾਂ ਤੁਹਾਨੂੰ ਸਾਰਾ ਘਰ, ਚਲੋ ਆ ਜਾਓ। ਨਾ ਜੀ ਨਾ, ਇਹੋ ਜਿਹੀ ਕੋਈ ਗੱਲ ਨਹੀਂ, ਮੈਂ ਤਾਂ ਬਸ ਐਵੇਂ ਪੁੱਛਿਆ ਸੀ, ਮੈਨੂੰ ਲੱਗਿਆ ਕੀ ਪਤਾ ਤੁਸੀਂ ਵੇਖੇ ਹੋਣ। ਨਹੀਂ ਦੇਖੇ ਜੀ, ਜਮਾ ਵੀ ਨਹੀਂ ਦੇਖੇ, ਚਾਹੇ ਸੌਂਹ ਖਵਾ ਲਓ। ਹਾਂਜੀ ਹਾਂ, ਦੱਸੋ ਕਿਹਦੀ ਸੌਂਹ ਖਾਈਏ? ਬਾਊ ਜੀ ਦੀ ਸੌਂਹ ਖਾ ਲਈਏ ਕਿ ਲੱਡੂ ਦੀ ਸੌਂਹ ਖਾ ਲਈਏ? ਨਾ ਜੀ ਨਾ, ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ, ਤੁਹਾਨੂੰ ਕਿਸੇ ਦੀ ਸੌਂਹ ਖਾਣ ਦੀ ਕੋਈ ਲੋੜ ਨਹੀਂ ਹੈ। ਗੱਲ ਦਰਅਸਲ ਇਹ ਹੈ ਜੀ ਕਿ ਜੇ ਸਾਨੂੰ ਪਾਸਪੋਰਟ ਨਾ ਮਿਲੇ ਤਾਂ ਮੈਂ ਦੀ ਅਡੋਪਸ਼ਨ ਲਈ ਹੋਰ ਲੇਟ ਹੋ ਜਾਣਾ ਹੈ, ਬਸ ਇਸ ਕਰਕੇ ਮੈਂ ਥੋੜੀ ਟੈਨਸ਼ਨ 'ਚ ਹਾਂ। ਲਵੋ, ਹੋਰ ਟੈਨਸ਼ਨ ਲਵੋ ਲੰਡਨ ਵਾਲੇ ਭਾਬੀ ਜੀ, ਪਰ ਟੈਨਸ਼ਨ ਲੈਣ ਨਾਲ ਵੀ ਕੀ ਹੋ ਜਾਣਾ, ਤੁਹਾਡੇ ਪਾਸਪੋਰਟ ਦੇ ਤਾਂ ਟੁਕੜੇ ਟੁਕੜੇ ਹੋ ਚੁੱਕੇ ਨੇ, ਅਤੇ ਉਹਨਾਂ ਟੁਕੜਿਆਂ ਦੇ ਸਿਰ 'ਤੇ ਤੁਸੀਂ ਮੇਹਰ ਨੂੰ ਕਦੇ ਗੋਦ ਨਹੀਂ ਲੈ ਪਾਓਗੇ। ਮੇਰੀ ਸੋਨੇ ਦੀ ਚਿੜੀ ਤਾਂ ਸਿਰਫ ਮੇਰੇ ਮੋਢੇ 'ਤੇ ਬੈਠੋ, ਤੁਹਾਨੂੰ ਕੋਈ ਨਹੀਂ ਉਡਾ ਸਕਦਾ, ਕੋਈ ਵੀ ਨਹੀਂ। ਵਾਹ, ਇਸ ਪਾਵਨੀ ਦੇ ਹੱਥਾਂ ਵਿੱਚ ਨਾ ਸੱਚੀ ਜਾਦੂ ਹੀ ਹੈ, ਜੋ ਵੀ ਬਣਾਉਂਦੀ ਹੈ ਕਮਾਲ ਹੀ ਕਰ ਦਿੰਦੀ ਹੈ। ਜਿੰਨੇ ਦਿਨ ਅੱਡ ਰਹੀ ਹੈ ਨਾ, ਖਾਣ ਦਾ ਸਵਾਦ ਹੀ ਨਹੀਂ ਆਇਆ। ਹੁਣ ਇਹਨਾਂ ਨਾਲ ਜੁੜ ਗਈ ਹੈ ਨਾ, ਅਤੇ ਰੋਜ਼ ਇਹਦੇ ਹੱਥਾਂ ਦਾ ਖਾਣ ਨੂੰ ਮਿਲੂਗਾ, ਨਹੀਂ ਤਾਂ ਮੈਨੂੰ ਆਪਣੇ ਹੱਥਾਂ ਦੀ ਤਾਂ ਬਣਾਈ ਚਾਹ ਵੀ ਨਹੀਂ ਸਵਾਦ ਲੱਗਦੀ। ਵਾਹ, ਕਿਆ ਖੁਸ਼ਬੂ ਉਡਾਈ ਹੋਈ ਹੈ ਭਾਬੀ ਜੀ, ਮੇਰੀ ਤਾਂ ਭੁੱਖ ਹੀ ਦੁੱਗਣੀ ਹੋ ਗਈ। ਤੁਸੀਂ ਜਿੰਨਾ ਖਾਣਾ ਖਾ ਲਿਓ ਸਿਮਰਨ ਦੀਦੀ, ਨਾ ਰਾਜਮਾਂਹ ਮੁੱਕਣ ਲੱਗੇ ਨੇ ਅਤੇ ਨਾ ਹੀ ਚਾਵਲ। ਉਹ ਤਾਂ ਮੈਂ ਖਾਵਾਂਗੀ ਅਤੇ ਰੱਜ ਕੇ ਖਾਵਾਂਗੀ, ਪਤਾ ਨਹੀਂ ਤੁਸੀਂ ਇੰਨਾ ਸਵਾਦ ਖਾਣਾ ਬਣਾ ਕਿਵੇਂ ਲੈਂਦੇ ਹੋ, ਮੈਨੂੰ ਤਾਂ ਆਪਣੀ ਬਣਾਈ ਹੋਈ ਚੀਜ਼ ਦਾ ਸਵਾਦ ਨਹੀਂ ਆਉਂਦਾ। ਅੱਜ ਜਾਂ ਤਾਂ ਤੁਸੀਂ ਮੈਨੂੰ ਰਾਜਮਾਂਹ ਦੀ ਰੈਸਿਪੀ ਦਿਓਗੇ ਜਾਂ ਮੈਨੂੰ ਕੋਈ ਟਿਪ ਦੇਣੀ ਪੈਣੀ ਹੈ। ਪਤਾ, ਜਦੋਂ ਮੈਂ ਕੋਈ ਸਬਜ਼ੀ ਬਣਾਉਂਦੀ ਹਾਂ ਨਾ, ਉਹ ਤਾਂ ਮੈਨੂੰ ਆਪ ਨੂੰ ਹੀ ਨਹੀਂ ਸਵਾਦ ਲੱਗਦੀ। ਸੱਚ ਦੱਸਾਂ ਭਾਬੀ ਜੀ, ਮੈਨੂੰ ਨਾ ਖਾਣਾ ਬਣਾਉਣਾ ਨਹੀਂ, ਬਸ ਬਹਿ ਕੇ ਖਾਣਾ ਆਉਂਦਾ। ਹਾਂ ਤਾਂ ਤੈਨੂੰ ਬਣਾਉਣ ਦੀ ਕੀ ਲੋੜ ਹੈ, ਮੈਂ ਹਾਂ ਨਾ, ਮੈਂ ਬਣਾ ਦਿਆ ਕਰਾਂਗੀ, ਤੁਸੀਂ ਬਸ ਬਹਿ ਕੇ ਖਾਓ। ਭਾਬੀ ਜੀ, ਮੈਂ ਦੇਖ ਰਹੀ ਹਾਂ ਤੁਸੀਂ ਕੁਛ ਅਪਸੈਟ ਲੱਗ ਰਹੇ ਹੋ, ਸਭ ਠੀਕ ਹੈ ਨਾ? ਹਾਂ ਸਿਮਰਨ, ਮੈਨੂੰ ਹੁਣੇ ਹੁਣੇ ਪਤਾ ਲੱਗਿਆ ਕਿ ਦੀਪੂ ਸਵੇਰ ਦਾ ਗਾਇਬ ਹੈ। ਸਾਨੂੰ ਲੱਗ ਰਿਹਾ ਕਿਤੇ ਉਹਦਾ ਪਿਓ ਉਹਨੂੰ ਚੁੱਕੇ ਨਾ ਲੈ ਗਿਆ ਹੋਣ, ਬਸ ਇਸੇ ਗੱਲ ਦੀ ਟੈਨਸ਼ਨ ਹੋ ਰਹੀ ਹੈ। ਫਿਰ ਤਾਂ ਤੁਸੀਂ ਬੇਕਾਰ ਦੀ ਟੈਨਸ਼ਨ ਲੈ ਰਹੇ ਹੋ ਭਾਬੀ ਜੀ, ਦੀਪੂ ਦਾ ਪਿਓ ਨਾ ਸਿਰਫ ਰੋਲਾ ਹੀ ਪਾਉਣ ਜੋਗਾ ਹੈ, ਉਹਦੀ ਇੰਨੀ ਹਿੰਮਤ ਨਹੀਂ ਹੈ ਕਿ ਉਹ ਕਰਨ ਵੀਰੇ ਨਾਲ ਪੰਗਾ ਲੈ ਲਵੇ। ਤੁਸੀਂ ਦੇਖਿਆ ਨਹੀਂ ਸੀ ਉਸ ਦਿਨ ਕਿੰਨਾ ਡਰ ਰਿਹਾ ਸੀ ਉਹ? ਕਹਿਤਾ ਤੁਸੀਂ ਠੀਕ ਰਹੇ ਹੋ ਸਿਮਰਨ ਦੀਦੀ, ਪਰ ਅਸੀਂ ਆਪ ਵੇਖਿਆ ਕਿ ਉਹ ਚੰਗਾ ਬੰਦਾ ਨਹੀਂ ਹੈ, ਇਹੋ ਜਿਹੇ ਬੰਦੇ ਕੁਝ ਵੀ ਕਰ ਸਕਦੇ ਨੇ, ਵੈਸੇ ਵੀ ਇੱਕ ਛੋਟੇ ਬੱਚੇ ਦਾ ਮਾਮਲਾ, ਅਸੀਂ ਇਗਨੋਰ ਤਾਂ ਨਹੀਂ ਕਰ ਸਕਦੇ। ਤੁਸੀਂ ਕਰਨ ਵੀਰੇ ਨਾਲ ਗੱਲ ਕੀਤੀ ਇਸ ਬਾਰੇ? ਨਹੀਂ, ਹਲੇ ਤਾਂ ਨਹੀਂ ਕੀਤੀ। ਫਿਰ ਤੁਸੀਂ ਹੁਣੇ ਕਰਨ ਵੀਰੇ ਨੂੰ ਫੋਨ ਲਗਾਓ ਤੇ ਸਾਰੀ ਗੱਲ ਦੱਸੋ ਉਹਨਾਂ ਨੂੰ, ਵੀਰਾ ਸਭ ਠੀਕ ਕਰ ਦੂਗਾ। ਉਹਨਾਂ ਨੇ ਚਾਰ ਡੰਡੇ ਮਾਰ ਕੇ ਨਾ ਸਭ ਉਗਲਵਾ ਲੈਣਾ ਦੀਪੂ ਦੇ ਪਿਓ ਤੋਂ, ਤੁਸੀਂ ਟੈਨਸ਼ਨ ਨਾ ਲਵੋ। ਫੋਨ ਬਿਜ਼ੀ ਆ ਰਿਹਾ ਹੈ ਕਰਨ ਜੀ ਦਾ। ਜੀ, ਡੈਨੀ ਸਾਹਿਬ ਨੂੰ ਮਿਲਣਾ ਤਾਂ ਜੀ। ਹਾਂਜੀ, ਦੱਸੋ ਜੀ, ਇਹ ਫੋਰਮ ਕਰਨ ਸਾਹਿਬ ਨੇ ਤੁਹਾਡੇ ਲਈ ਭੇਜਿਆ। ਓ ਗ੍ਰੇਟ, ਇਹ ਤਾਂ ਤਤਕਾਲ ਪਾਸਪੋਰਟ ਦੇ ਫੋਰਮ ਨੇ।
ਕਰਨ ਜੀ ਨੇ ਤਾਂ ਮੇਰੀ ਸਾਰੀ ਪ੍ਰੋਬਲਮ ਸੋਲਵ ਕਰਤੀ। ਤੁਸੀਂ ਉਹਨਾਂ ਨੂੰ ਮੇਰਾ ਥੈਂਕਸ ਕਹਿਣਾ। ਥੈਂਕ ਯੂ ਸੋ ਮੱਚ। ਲਓ ਜੀ, ਕਰਨ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ। ਆ ਫਾਰਮ ਭਰ ਕੇ ਦੇਣੇ ਨੇ, ਫਿਰ 4-5 ਦਿਨ ਚ ਸਾਡੇ ਨਵੇਂ ਪਾਸਪੋਰਟ ਬਣ ਕੇ ਆ ਜਾਣਗੇ। ਠੀਕ ਹੀ ਹੋ ਗਿਆ। ਲੰਡਨ ਵਾਲੇ ਤਾਂ ਮੇਰੇ ਤੋਂ ਵੀ ਅੱਗੇ ਨਿਕਲੇ, ਹੁਣ ਕੀ ਕਰਾਂ? ਇਹਦਾ ਮਤਲਬ ਅਸੀਂ ਅਗਲੇ ਹਫਤੇ ਮੇਹਰ ਨੂੰ ਨਾਲ ਲੈ ਕੇ ਲੰਡਨ ਜਾ ਸਕਦੇ ਹਾਂ। ਇਹ ਕਿਵੇਂ? ਮੇਰਾ ਪਾਸਾ ਪੁੱਠਾ ਪੈ ਗਿਆ।